ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇਮਾਨਦਾਰ ਲੋਕਾਂ ਦੇ ਸਾਥ ਨਾਲ ਪੰਜਾਬ 'ਚ 2019 ਦੀ ਲੋਕ ਸਭਾ ਚੋਣਾਂ ਲੜਨਗੇ। ਇਸ ਐਲਾਨ ਦੇ ਬਾਅਦ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਦੇਖੋ, ਜੋ ਕੇਜਰੀਵਾਲ ਨੇ ਕੀਤਾ ਨਾ, ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ। ਜਿਸ ਇਸ਼ੂ 'ਤੇ ਉਹ ਪੰਜਾਬ ਦੇ ਵਿੱਚ ਆਇਆ ਸੀ, ਪੈਰ ਲੱਗੇ ਸੀਗੇ, ਉਹ ਇਸ਼ੂ ਉਹਨੇ ਸਮਾਪਤ ਕਰ ਦਿੱਤਾ ਔਰ ਲੋਕਾਂ 'ਚ ਉਹਨੇ ਆਪਣੀ ਕ੍ਰੈਡੀਬਿਲਿਟੀ ਸਮਾਪਤ ਕਰ ਲਈ, ਆਪਣੀ ਪਾਰਟੀ ਮਾਰ ਦਿੱਤੀ ਹੈ, ਉਹਨੇ ਸੁਇਸਾਈਡ ਕੀਤਾ। ਜਿਹੜੇ ਗਰੀਬ ਵਰਕਰ ਵਿਚਾਰੇ ਹਨ, ਜਿਨ੍ਹਾਂ ਨੂੰ ਇਹਨਾਂ ਦੇ ਉਲਟ ਬੁਲਾਉਂਦਾ ਰਿਹਾ, ਉਹ ਤਾਂ ਵਿਚਾਰੇ ਸਟੈਂਡ ਕਰਦੇ ਆ, ਔਰ ਇਹ ਮੁੱਖ ਮੰਤਰੀ ਸੀਗਾ, ਇਸ ਲੈਵਲ ਦਾ ਬੰਦਾ ਮਾਫ਼ੀ ਨਹੀਂ ਮੰਗੀ, ਉਹਦੇ ਤਰਲੇ ਲਏ ਆ। ਔਰ ਮੈਂ ਸਮਝਦਾ ਕਿ ਲੋਕ ਪੰਜਾਬ ਦੇ ਹੁਣ ਇਹਨੂੰ ਕਦੀ ਮੂੰਹ ਨਹੀਂ ਲਾਉਣਗੇ। ਜਿਹੜੇ ਬੰਦੇ ਅੱਜ ਇਹਦੇ ਨਾਲ ਸਟੈਂਡ ਕਰਨਗੇ, ਪੰਜਾਬ ਦੇ ਲੋਕਾਂ 'ਚ ਵਿਚਰ ਨਹੀਂ ਸਕਣਗੇ, ਮੈਂ ਤੁਹਾਨੂੰ ਸਾਫ਼ ਦੱਸ ਦਿੰਦਾ।